ਇੱਕ ਕਾਰ ਦਰਖਤ ਦੇ ਨਾਲ ਟਕਰਾਈ ਹੈ ਤੇ ਇਸ ਹਾਦਸੇ ਦੀ ਖੌਫਨਾਕ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰਾਤ ਦਾ ਸਮਾਂ ਤੇ ਹਨੇਰਾ ਪੂਰਾ ਹੋਇਆ ਪਿਆ ਅਚਾਨਕ ਹੀ ਇੱਕ ਕਾਰ ਆਉਂਦੀ ਹੈ ਤੇ ਅੱਗੇ ਕੁਛ ਇਸ ਦੇ ਕੁੱਤੇ ਭੱਜਦੇ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਕੁੱਤਿਆਂ ਨੂੰ ਬਚਾਉਣ ਦੇ ਚੱਕਰ 'ਚ ਇਹ ਕਾਰ ਸਿੱਧਾ ਹੀ ਜਾ ਕੇ ਇੱਕ ਦਰਖਤ ਦੇ ਨਾਲ ਟਕਰਾਈ ਹੈ ਅਤੇ ਦਰਖਤ ਦੇ ਨਾਲ ਟਕਰਾਉਣ ਤੋਂ ਬਾਅਦ ਕਿਹਾ ਜਾ ਰਿਹਾ ਕਿ ਕਈ ਪਲਟੀਆਂ ਖਾ ਗਈ ਹੈ ਤਾਂ ਦੱਸ ਦਈਏ ਕਿ ਸੀਸੀਟੀਵੀ ਦੇ ਵਿੱਚ ਇਹ ਹਾਦਸਾ ਕੈਦ ਹੋਇਆ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੜਕ ਜੋ ਹੈ ਉਹ ਸੁੰਨਸਾਨ ਨਜ਼ਰ ਆ ਰਹੀ ਹੈ ਪਰ ਇਹਨਾਂ ਦੇ ਵਿੱਚ ਜਦੋਂ ਲਾਈਟ ਪੈਂਦੀ ਹੈ ਸੜਕ ਦੇ ਉੱਤੇ ਤਾਂ ਕੁਝ ਕੁੱਤੇ ਭੱਜਦੇ ਨਜ਼ਰ ਆ ਰਹੇ ਨੇ ਤਾਂ ਇਹਨਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਕਾਰ ਸਿੱਧਾ ਹੀ ਜਾ ਕੇ ਦਰਖਤ ਦੇ ਨਾਲ ਵੱਜਦੀ ਹੈ ਦਰਖਤ ਦੇ ਨਾਲ ਵੱਜਣ ਤੋਂ ਬਾਅਦ ਪਲਟੀ ਹੋ ਜਾਂਦੀ ਹੈ ਹਾਲਾਂਕਿ ਜਦੋਂ ਇਹ ਪਲਟੀ ਹੁੰਦੀ ਹੈ ਤਾਂ ਖਦਾਨਾਂ ਦੇ ਵਿੱਚ ਪਲਟਦੀ ਹੋਈ ਇਹ ਕਈ ਪਲਟੀਆਂ ਖਾ ਜਾਂਦੀ ਹੈ ਅਤੇ ਇਸ ਕਾਰ ਦੇ ਵਿੱਚ ਸਵਾਰ ਦੋ ਲੋਕ ਜ਼ਖਮੀ ਹੋਏ ਨੇ ਤਾਂ ਦੱਸ ਦਈਏ ਕਿ ਇਹ ਵਾਇਰਲ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਹ ਵੀਡੀਓ ਮਹਾਰਾਸ਼ਟਰ ਦੇ ਪਾਲਘਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਕਾਰ ਅਚਾਨਕ ਹੀ ਬੇਕਾਬੂ ਹੋ ਕੇ ਦਰਖਤ ਦੇ ਨਾਲ ਟਕਰਾਈ ਹੈ ਤਾਂ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਹਾਲਤ ਕਾਫ਼ੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ ਕਾਰ ਸਿੱਧਾ ਜਾ ਕੇ ਦਰਖਤ ਦੇ ਨਾਲ ਵੱਜੀ ਹੈ ਪਹਿਲਾਂ ਤਾਂ ਇਸ ਕਾਰ ਦੇ ਅੱਗੇ ਕੁਝ ਕੁੱਤੇ ਦਿਖਾਈ ਦੇ ਰਹੇ ਨੇ ਤਾਂ ਕਿਹਾ ਜਾ ਰਿਹਾ ਕਿ ਕੁੱਤਿਆਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਕਾਰ ਬੇਕਾਬੂ ਹੋਈ ਅਤੇ ਸਿੱਧਾ ਹੀ ਜਾ ਕੇ ਦਰਖਤ ਦੇ ਨਾਲ ਟਕਰਾ ਗਈ ਹੈ ਇੱਕ ਕਾਰ ਦਰਖਤ ਦੇ ਨਾਲ ਟਕਰਾਈ ਹੈ ਅਤੇ ਇਸ ਹਾਦਸੇ ਦੀ ਖੌਫਨਾਕ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰਾਤ ਦਾ ਸਮਾਂ ਤੇ ਹਨੇਰਾ ਪੂਰਾ ਹੋਇਆ ਪਿਆ ਅਚਾਨਕ ਹੀ ਇੱਕ ਕਾਰ ਆਉਂਦੀ ਹੈ ਅਤੇ ਅੱਗੇ ਕੁਛ ਇਸ ਦੇ ਕੁੱਤੇ ਭੱਜਦੇ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਕੁੱਤਿਆਂ ਨੂੰ ਬਚਾਉਣ ਦੇ ਚੱਕਰ 'ਚ ਇਹ ਕਾਰ ਸਿੱਧਾ ਹੀ ਜਾ ਕੇ ਇੱਕ ਦਰਖਤ ਦੇ ਨਾਲ ਟਕਰਾਈ ਹੈ ਅਤੇ ਦਰਖਤ ਦੇ ਨਾਲ ਟਕਰਾਉਣ ਤੋਂ ਬਾਅਦ ਕਿਹਾ ਜਾ ਰਿਹਾ ਕਿ ਕਈ ਪਲਟੀਆਂ ਖਾ ਗਈ ਹੈ ਤਾਂ ਦੱਸ ਦਈਏ ਕਿ ਸੀਸੀਟੀਵੀ ਦੇ ਵਿੱਚ ਇਹ ਹਾਦਸਾ ਕੈਦ ਹੋਇਆ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੜਕ ਜੋ ਹੈ ਉਹ ਸੁੰਨਸਾਨ ਨਜ਼ਰ ਆ ਰਹੀ ਹੈ ਪਰ ਇਹਨਾਂ ਦੇ ਵਿੱਚ ਜਦੋਂ ਲਾਈਟ ਪੈਂਦੀ ਹੈ ਸੜਕ ਦੇ ਉੱਤੇ ਤਾਂ ਕੁਝ ਕੁੱਤੇ ਭੱਜਦੇ ਨਜ਼ਰ ਆ ਰਹੇ ਨੇ ਤਾਂ ਇਹਨਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਕਾਰ ਸਿੱਧਾ ਹੀ ਜਾ ਕੇ ਦਰਖਤ ਦੇ ਨਾਲ ਵੱਜਦੀ ਹੈ ਦਰਖਤ ਦੇ ਨਾਲ ਵੱਜਣ ਤੋਂ ਬਾਅਦ ਪਲਟੀ ਹੋ ਜਾਂਦੀ ਹੈ ਹਾਲਾਂਕਿ ਜਦੋਂ ਇਹ ਪਲਟੀ ਹੁੰਦੀ ਹੈ ਤਾਂ ਖਦਾਨਾਂ ਦੇ ਵਿੱਚ ਪਲਟਦੀ ਹੋਈ ਇਹ ਕਈ ਪਲਟੀਆਂ ਖਾ ਜਾਂਦੀ ਹੈ ਅਤੇ ਇਸ ਕਾਰ ਦੇ ਵਿੱਚ ਸਵਾਰ ਦੋ ਲੋਕ ਜ਼ਖਮੀ ਹੋਏ ਨੇ ਤਾਂ ਦੱਸ ਦਈਏ ਕਿ ਇਹ ਵਾਇਰਲ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਹ ਵੀਡੀਓ ਮਹਾਰਾਸ਼ਟਰ ਦੇ ਪਾਲਘਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਕਾਰ ਅਚਾਨਕ ਹੀ ਬੇਕਾਬੂ ਹੋ ਕੇ ਦਰਖਤ ਦੇ ਨਾਲ ਟਕਰਾਈ ਹੈ ਤਾਂ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਹਾਲਤ ਕਾਫ਼ੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ ਕਾਰ ਸਿੱਧਾ ਜਾ ਕੇ ਦਰਖਤ ਦੇ ਨਾਲ ਵੱਜੀ ਹੈ ਪਹਿਲਾਂ ਤਾਂ ਇਸ ਕਾਰ ਦੇ ਅੱਗੇ ਕੁਝ ਕੁੱਤੇ ਦਿਖਾਈ ਦੇ ਰਹੇ ਨੇ ਤਾਂ ਕਿਹਾ ਜਾ ਰਿਹਾ ਕਿ ਕੁੱਤਿਆਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਕਾਰ ਬੇਕਾਬੂ ਹੋਈ ਅਤੇ ਸਿੱਧਾ ਹੀ ਜਾ ਕੇ ਦਰਖਤ ਦੇ ਨਾਲ ਟਕਰਾ ਗਈ ਹੈ।